सो जी हर रोज की तरह आ गए हैं मनप्रीत पाजी हमें ब्रेकफास्ट करवाने, साथ में हम क्या आए हैं प्यारे प्यारे भतीजे। तो ये है जी बर्थडे बॉय, से समथिंग एंड नेक्स्ट व्हाट आर यू फीलिंग ऑन योर बर्थडे? हैप्पी। एंड व्हाट्स योर नेम? अंश। And say something about food. It's very tasty. Very tasty. And your brother? My name is Gurshan. Chicken is very tasty. Chicken is very tasty? Awesome. Okay. And you? What? He's playing hide and seek. Okay. Happy birthday. चुके हैं PTF एकेडमी, यहाँ पे फेस्टिवल स्टार है। सो मैं इन छोटे छोटे बच्चों को देख के हैरान हो गया कि कैसे इन्होंने अपनी संस्कृति, अपना कल्चर संभाल के रखा है। और मैं तो डांस में बड़ा कमज़ोर हूँ और इनको देख के मैं सीख रहा था कि यार वाकई कैसे नाचना चाहिए। तो बहुत इन्जॉय किया, मैं तो सही कहूँ क्या परफॉर्म करता, मैंने इन बच्चों को इन्जॉय किया। सो एसीजी नाटक सिस्टम ही खराब है, तो थोड़ा बहुत अंदाजा थानू भी लग गया होना है कि केड़िया गल्लां सानू हमेशा तंग कर दियां। सो सिस्टम खराब है तो क्यों है ओदे? सो ये है जी हमारे पंजाब का फोक डांस, जिसके बिना कोई भी समागम शादी ब्याह अधूरा है। सब तो पहला था छोटे छोटे बच्चों का, जो मैं सामने बैठा निके निके बच्चे ने जरा भंगड़ा पाया, उन्होंने वास्ते ताड़ियां मारो, मतलब उन्होंने माँ बाप को भी सल्यूट आ, मतलब इतना लग ही नहीं रहा सका कि बगाने धरती से बगाने मुल्क से बह के देख रहे हैं। सो क्या टैलेंटेड बच्चे आ, मैं जलसी नहीं होती तुम देख के, इतना लगता अच्कल पैदा होना चाहिए सर। मैं देख रहा यार कितों टैलेंट आ रहा, रियलिटी शो भरे पाया, इंडियन रियलिटी शो की डांस सिंगिंग कोई भी चीज़ ला लो जमदे टैलेंटेड बच्चे। एक साड़ी जिंदगी सी अद्धी जिंदगी दूरदर्शन टीना घुमाते घूम गई, आ गई चल गई आ ही करते रहते। फिर अच्कल देखो उन्होंने खाने पीने के किन्ने ऑप्शन, फ्रूट टाइम होंगे, लंच टाइम होंगे, प्रोसैस सैंडविच बर्गर पिज्जा
ਹੈ ਸਾਨੂੰ ਦੋ ਹੀ ਆਪਸ਼ਨ ਹੁੰਦੇ ਸੀ ਆਲੂ ਦੀ ਸਬਜ਼ੀ ਜਾਂ ਚਪੇੜ ਹਾਲਾਂਕਿ ਖਾਣੀਆਂ ਦੋਨੋਂ ਪੈਂਦੀਆਂ ਇਹ ਬੱਚੇ ਹੈਗੇ 3G 4G 5G ਵਾਲੇ ਅਸੀਂ ਸੀਗੇ ਮੰਮੀ ਜੀ ਡੈਡੀ ਜੀ ਆਂਟੀ ਜੀ ਵਾਲੇ ਜਿਹਨਾਂ ਦੇ ਇੱਕ ਥੱਪੜ ਦੇ ਨੈਟਵਰਕ ਆ ਜਾਂਦਾ ਹੁੰਦਾ ਸੀ ਬਟ ਉਹ ਦੇ ਦੌਰ ਬੜਾ ਵਧੀਆ ਹੈ ਜੇ ਤੁਸੀਂ ਸਾਰੇ ਉਹਦੇ ਗਵਾਹ ਹੋ ਜਿਹੜੇ 70-80-90 ਦਸ਼ਕ ਇੱਥੇ ਆਏ ਆ ਬਜ਼ੁਰਗ ਬੈਠੇ ਆ ਮਾਤਾਵਾਂ ਭੈਣਾਂ ਬੈਠੀਆਂ ਉਹ ਜਦੋਂ ਉਦੋਂ ਮੈਨੂੰ ਇੱਦਾਂ ਲੱਗਦਾ ਔਰਤਾਂ ਤਾਂ ਔਰਤਾਂ ਟੀਵੀ ਪਰਦੇ ਵਾਲੇ ਹੁੰਦੇ ਸ਼ਟਰ ਵਾਲੇ ਉਹਦੇ ਵਿੱਚ ਉਸ ਨੂੰ ਦੌਰ ਬੜਾ ਵਧੀਆ ਸੀਗਾ ਦੂਰਦਰਸ਼ਨ ਦਾ ਜ਼ਮਾਨਾ ਬਟ ਉਹਦੇ ਗੱਲ ਚੰਗੀ ਲੱਗੀ ਕਿ ਉਦੋਂ ਗੁਆਂਢੀ ਵੀ ਘਰਾਂ ਦਾ ਹਿੱਸਾ ਹੁੰਦੇ ਅੱਜ ਘਰਾਂ ਦੀ ਪਤਾ ਨਹੀਂ ਕਿੰਨੇ ਗੁਆਂਢੀ ਹੈ ਡਿਜੀਟਲ ਹੋ ਗਿਆ ਫੋਨ ਹੋ ਗਿਆ ਹੈ ਨਾ ਅਤੇ ਉਸ ਤੋਂ ਬਾਅਦ ਮੈਨੂੰ ਯਾਦ ਹੈ ਕਿ ਟਰੈਕ ਮੇਰੇ ਮਾਮਾ ਜੀ ਨਾ ਉਹ ਜਿਹਨੂੰ ਕਹਿੰਦੇ ਆ ਗ੍ਰਾਮੋਫੋਨ ਉਹ ਲੈਂਦੇ ਉਹ ਲੈ ਕੇ ਚਲਾਉਂਦੇ ਹੁੰਦੇ ਸੀ ਮੈਂ ਉਹਨਾਂ ਦੇ ਚੋਰੀ ਕਮਰੇ ਜਾਂਦਾ ਸੀ ਨਾਸਟਿਕ ਖੁੱਲੀ ਇਹਨਾਂ ਦੇ ਪੋਸਟਰ ਦੇਖਦਾ ਹੁੰਦਾ ਸੀ ਅਤੇ ਇੱਕ ਵਾਰ ਮੇਰੇ ਮਾਮਾ ਜੀ ਦੂਜੇ ਦੁਬਈ ਗਏ ਅਤੇ ਪਿੱਛੋਂ ਸਾਰਾ ਟੱਬਰ ਸੈਡ ਹੋ ਗਿਆ ਕਹਿੰਦਾ ਯਾਰ ਉਹ ਚਿੱਠੀ ਆਈ ਹੈ ਚਿੱਠੀ ਆਈ ਹੈ ਲਾਓ ਗਾਣਾ ਸੁਣੋ ਅਤੇ ਉਹ ਕਈ ਵਾਰ ਟਰੈਕ ਫਸ ਜਾਂਦਾ ਸੀ ਉਦੋਂ ਕੁਛ ਹੋਰ ਹੀ ਕਾਮੇਡੀ ਹੋ ਜਾਂਦੀ ਉਹਨਾਂ ਨੇ ਗਾਣਾ ਲਾਇਆ ਸਾਰਾ ਟੱਬਰ ਬਹਿ ਗਿਆ ਮੈਂ ਕੋ ਬਾਪ ਹੂੰ ਮੇਰਾ ਕਿਆ ਹੈ ਤੇਰੀ ਮਾਂ ਕਾ ਤੇਰੀ ਮਾਂ ਕਾ ਤੇਰੀ ਮਾਂ ਬੰਦ ਕਰ ਕਹਿੰਦਾ ਸੀ ਫਿਰ ਜਦੋਂ ਥੋੜ੍ਹੇ ਅਸੀਂ ਜਵਾਨ ਹੋਣ ਲੱਗੇ ਆਡੀਓ ਕੈਸਟ ਦਾ ਜ਼ਮਾਨਾ ਆ ਗਿਆ ਆਡੀਓ ਕੈਸਟ ਮੈਂ ਦੇਖਿਆ ਮੱਲਿਆਂ 'ਚ ਜਿਹਦੀ ਗਰਲਫ੍ਰੈਂਡ ਨਹੀਂ ਹੁੰਦੀ ਸੀ ਉਹ ਵੀ ਸੈਡ ਸੌਂਗ ਸੁਣਦਾ ਹੁੰਦਾ ਸੀਗਾ ਮਤ ਰੋ ਮੇਰੇ ਦਿਲ ਚੁੱਪ ਹੋ ਜਾ ਹੁਆ ਸੋ ਯਾਰ ਬਈ ਮੇਰੀ ਤਾਂ ਗਰਲਫ੍ਰੈਂਡ ਹੀ ਨਹੀਂ ਫਿਰ ਹੋਰ ਸੈਡ ਸੌਂਗ ਸੀ ਉਹਦੇ ਗਲ ਨੂੰ ਮੈਂ ਗਾਨੀ ਜਿਹੜੀ ਦਿੱਤੀ ਸੀ ਨਿਸ਼ਾਨੀ ਉਹ ਉਹਦੀ ਹਿੱਟ ਨਾਲ ਹੀ ਜਦੋਂ ਟਕਰਾਂ ਦੀ ਹੋਵੇਗੀ ਉਹਨੂੰ ਯਾਦ ਤਾਂ ਜ਼ਰੂਰ ਸਾਰੇ ਸਿੰਗਲ ਲੋਕ ਸੈਡ ਤੇ ਕਰ ਦਿੱਤੇ ਜਾਣ ਹਿੰਦੁਸਤਾਨ ਚੋਂ ਤੇ ਉਹਨਾਂ ਦਾ ਇੱਕ ਅਲੱਗ ਲੋਕ ਗੀਤ ਬਣ ਸਕਦਾ ਜਿਹੜਾ ਸਾਰਿਆਂ ਦਾ ਢੁਕਮਾ ਹੈ ਉਹ ਜਿਹੜਾ ਗਾਣਾ ਨਾ ਦਿਲ ਹੈ ਕਿ ਮਾਨਤਾ ਨਹੀਂ ਦਾ ਤੂੰ ਪਿਆਰ ਹੈ ਕਿਸੇ ਔਰ ਕਾ ਤੁਝੇ ਚਾਹਤਾ ਕੋਈ ਔਰ ਸਾਰਿਆਂ ਦੇ ਟੁਕਵਾ ਸੋ ਖੈਰ ਇੱਥੇ ਲਵ ਮੈਰਿਜਾਂ ਵੀ ਹੋਈਆਂ ਰਾਜੀ ਭਾਜੀ ਆਏ ਨੇ ਤਰੱਕੀ ਕਰਕੇ ਠੀਕ ਹੈ ਅਤੇ ਉਸ ਤੋਂ ਬਾਅਦ ਮੈਂ ਦੇਖਿਆ ਕਿ ਦੌਰ ਜਿਵੇਂ ਚੇਂਜ ਹੁੰਦਾ ਗਿਆ ਬਟ ਮੈਨੂੰ ਇੱਦਾਂ ਲੱਗਾ ਕਿ ਅਸੀਂ 80s 90s ਵਾਲੇ ਜਿੰਨੇ ਬੰਦੇ ਇੰਜੋਏ ਕਰ ਰਹੇ ਆ ਇਹ ਬੜੇ ਲੱਕੀ ਹੈ ਜਿੰਨੇ ਚੇਂਜਸ ਅਸੀਂ ਦੇਖੇ ਕਿਸੇ ਨੇ ਨਹੀਂ ਦੇਖੇ ਅਸੀਂ ਚਾਚਾ ਚੌਧਰੀ ਤੋਂ ਲੈ ਕੇ ਸਪਨਾ ਚੌਧਰੀ ਤੱਕ ਦਾ ਕਰੇਜ਼ ਦੇਖਿਆ ਬਹੁਤ ਅੱਛੇ ਅਸੀਂ ਕਰੀਨਾ ਤੋਂ ਲੈ ਕੇ ਕਰੋਨਾ ਤੱਕ ਨੂੰ ਦੇਖਿਆ ਫਰਕ ਇੰਨਾ ਹੈ ਕਰੀਨਾ ਕੋਲ ਸੈਫ ਹੈ ਕਰੋਨਾ ਚ ਕੋਈ ਸੇਫ ਨਹੀਂ ਸੀ ਹੈ ਅਸੀਂ ਉਹ ਵਕਤ ਦੇਖਿਆ ਜਦੋਂ ਲੈਂਡ ਲਾਈਨ ਫੋਨ ਹੁੰਦੇ ਸੀ ਤੇ ਵਾਇਰ ਨਾਲ ਬੰਨੇ ਹੁੰਦੇ ਸੀ ਬੰਦਾ ਆਜ਼ਾਦ ਸੀ ਅੱਜ ਫੋਨ ਆਜ਼ਾਦ ਹੋ ਗਿਆ ਬੰਦਾ ਉਹਨਾਂ ਵੱਜ ਕੇ ਲਈ ਚਾਰ ਦੇ ਬੈਟਰੀ ਕਰਦੇ ਬੈਟਰੀ ਬੈਟਰੀ ਕਰਦੇ ਬੈਟਰੀ ਇਹ ਹੋ ਗਿਆ ਤੇ ਉਹ ਅਸੀਂ ਸੁਣਦੇ ਸੀ ਮੰਜਿਆਂ ਤੇ ਗਾਡਰ ਵਾਲੇ ਵਾਲੀਆਂ ਛੱਤਾਂ ਨੂੰ ਡਾਊਨ ਸੀਲਿੰਗ ਚ ਬਦਲਦੇ ਦੇਖੇ ਵਕਤ ਕਿੱਦਾਂ ਲੰਘ ਗਿਆ ਪਤਾ ਨਹੀਂ ਚੱਲਦਾ ਡਿਜੀਟਲ ਹੋ ਗਿਆ ਸਾਰਾ ਕੁਝ ਅੱਜ ਕੱਲ੍ਹ ਮਤਲਬ ਦੁਨੀਆ ਮੁੱਠੀ ਨੇ ਹੋ ਗਈ ਅਤੇ ਸਭ ਤੋਂ ਵੱਡਾ ਜਿਹੜਾ ਹਥਿਆਰ ਹੈ ਅੱਜ ਮੋਬਾਈਲ ਮੀਡੀਆ 'ਚ ਤਾਂ ਕਿ ਆਵਾਜ਼ ਕੈਚ ਕਰ ਦੇਖ ਰਹੇ ਹਾਂ ਸੋ ਮੈਂ ਉੱਥੇ ਖੜ੍ਹਾ ਜਿੱਥੋਂ ਸਫ਼ਰ ਸ਼ੁਰੂ ਹੋਇਆ ਵੀ ਜਲੰਧਰ ਚਿੱਤਰਕਾਰੀ ਕਿਉਂਕਿ ਮੈਂ ਆਪਣਾ ਸਫ਼ਰ ਚਿੱਤਰਕਾਰੀ ਤੋਂ ਸ਼ੁਰੂ ਕੀਤਾ ਫਰਕ ਇਹ ਹੈ ਕਿ ਇਹ ਕੈਨਵਸ ਅਤੇ ਪੈਨਸਲ ਨਾਲ ਸਕੈਚਾਂ ਤੋਂ ਬਣਦੇ ਬਣਦੇ ਉਹ ਚਿਹਰਿਆਂ 'ਤੇ ਆ ਗਏ ਫਿਲਮੀ ਪਰਦੇ 'ਤੇ ਆ ਗਏ ਮੋਬਾਈਲਾਂ 'ਤੇ ਆ ਗਏ ਟੀ ਵੀ 'ਤੇ ਆ ਗਏ ਬਟ ਹੈ ਉਹੀ ਰੰਗ ਸੀ ਅਤੇ ਉਹ ਆਈਡਲ ਜਿਹੜੇ ਸਾਡੇ ਆ ਜਿਹੜੇ ਪਹਿਲਾਂ ਸ਼ਖਸ ਬੀਜ ਮਿਲੇ ਰਜਨੀਸ਼ ਰਾਜੀ ਅਤੇ ਅੱਜ ਰਾਜੀ ਕਿਸਾਨ ਵੀ ਇਹ ਰਜਨੀਸ਼ ਰਾਜੀ ਹੁੰਦੇ ਸੀ ਮੈਂ ਜਸਵੰਤ ਸਿੰਘ ਹੁੰਦਾ ਜੀ 20 ਸਾਲ ਬਾਅਦ ਮਿਲੇ ਉਹੀ ਸਟੇਜ ਉਹੀ ਰੰਗਮੰਚ ਉਹੀ ਚਿੱਤਰਕਾਰੀ ਦੇ ਵਿੱਚ ਸੋਏ ਕਹਿੰਦੇ ਮੁੱਲਾ ਕੀ ਦੌੜ ਮਸਜਿਦ ਤੱਕ ਇੱਥੇ ਆ ਗਏ ਅਤੇ ਮੈਂ ਉਹ ਜਸਵੰਤ ਸਿੰਘ ਰਾਠੌਰ ਆ ਗਿਆ ਮੈਨੂੰ ਕਿਸੇ ਨੇ ਪੁੱਛਿਆ ਸੀ ਕਹਿੰਦੇ ਭਾਅ ਜੀ ਤੁਹਾਡਾ ਨਾਮ ਕੀ ਮੈਂ ਕਿਹਾ ਜਸਵੰਤ ਸਿੰਘ ਰਾਠੌਰ ਕਹਿੰਦੇ ਜ਼ਿਆਦਾ ਵੱਡਾ ਨਹੀਂ ਮੈਂ ਕਿਹਾ ਅਸਲੀ ਬਣਨ 'ਚ ਟਾਈਮ ਲੱਗ ਰਿਹਾ ਇਹ ਜਿਹੜੀਆਂ ਚਿੱਤਰਕਾਰੀਆਂ ਇੱਥੇ ਲੱਗੀਆਂ ਮੈਲਬਨ ਦੀ ਧਰਤੀ ਇਹਦੇ ਵਿੱਚ 20-25 ਸਾਲਾਂ ਦਾ ਤਜਰਬਾ ਇੱਕ ਚਿੱਤਰਕਾਰ ਤੋਂ ਮੈਨੂੰ ਗੱਲ ਯਾਦ ਆਈ ਪੇਂਟਰ ਸੀਗਾ ਜੀ ਰਾਜਾ ਨੇ ਕਿਹਾ ਵੀ ਮੇਰੀ ਪੇਂਟਿੰਗ ਬਣਾਉਣੀ ਮੇਰੀ ਘਰ ਵਾਲੀ ਕਹਿੰਦਾ ਬਣਾ ਲੈਂਦਾ ਕਹਿੰਦਾ ਕਿੰਨੀ ਦੇਰ 'ਚ ਕਹਿੰਦਾ ਉਹਦੀ 5 ਲੱਖ ਕੀਮਤ ਹੋਏਗੀ ਹੋ ਸਕਦਾ 2 ਮਿੰਟ 'ਚ ਵੀ ਬਣਾ ਲਾ 2 ਦਿਨ ਵੀ ਲੱਗਦੇ 2 ਸਾਲ ਹੀ ਲੱਗ ਸਕਦੇ ਮੂਡ 'ਤੇ ਆ ਜੀ ਅਤੇ ਉਹ ਆਇਆ ਉਦਣ ਉਦਣ ਉਹਨੂੰ
ਮੂਡ ਸੀਗਾ ਉਹਦਾ ਕਿਰਪਾ ਹੋ ਗਈ ਉਹਨੇ ਇੱਕ ਮਿੰਟ 'ਚ ਚਿੱਤਰ ਬਣਾ ਦਿੱਤਾ ਕਹਿੰਦਾ ਪੈਸੇ ਕਹਿੰਦਾ ਪੈਸੇ ਤਾਂ ਨਹੀਂ 5 ਲੱਖ ਕਹਿੰਦਾ ਕਿਉਂ ਮਜ਼ਾਕ ਕਰਦੇ ਹੋ ਯਾਰ ਯਾਰ ਇੱਕ ਮਿੰਟ 'ਚ ਬਣਾ ਲਈ ਤੁਹਾਡਾ ਕੀ ਲੱਗਿਆ ਕਹਿੰਦਾ 5 ਲੱਖ ਵਾਲੇ ਕਹਿੰਦਾ ਮੇਰਾ ਕੀ ਲੱਗਿਆ 40 ਸਾਲ ਲੱਗੇ ਤਜਰਬੇ ਸੋ ਕਲਾਕਾਰਾਂ ਨੂੰ ਹਮੇਸ਼ਾ ਰੱਬ ਨੇੜੇ ਰੱਖਦਾ ਆਪਣੇ ਕਿਉਂਕਿ ਉਹਨਾਂ ਨੇ ਦੁਨੀਆਂ ਨੂੰ ਦੇਖ ਕੇ ਦੁਨੀਆਂ ਨੂੰ ਟ੍ਰਿਬਿਊਟ ਦੁਨੀਆਂ ਨੂੰ ਚਾਨਣ ਦੇਣਾ ਹੁੰਦਾ ਸੋ ਮੈਂ ਬੜਾ ਅੱਛਾ ਲੱਗ ਰਿਹਾ ਅੱਜ ਰਾਜੀ ਭਾਜੀ ਅਤੇ ਭਾਜੀ ਦੇ ਨਾਲ ਕਿਉਂਕਿ ਮੈਂ ਨਾਲ ਵਾਲੇ ਵੀ ਦੱਸ ਰਿਹਾ ਕਿ ਮੈਂ ਇਹਨਾਂ ਤੋਂ ਛੋਟਾ ਹੀ ਹਾਂ ਹਰ ਪਾਸੋਂ ਉਮਰ 'ਚ ਵੀ ਥੋੜ੍ਹਾ ਛੋਟਾ ਹੈ ਕਲਾ ਵਾਲੇ ਪਾਸੇ ਵੀ ਛੋਟਾ ਅਤੇ ਬਹੁਤ ਤੁਸੀਂ ਸਾਡੇ ਤੋਂ ਛੋਟਾ ਮੈਂ ਇਸ ਕਰਕੇ ਕਹਿ ਰਿਹਾ ਆਪਣੇ ਆਪ ਨੂੰ ਕਿਉਂਕਿ ਮੇਰੇ ਤੋਂ ਪਹਿਲਾਂ 15-16 ਸਾਲ ਪਹਿਲਾਂ ਤੁਸੀਂ ਆਸਟ੍ਰੇਲੀਆ ਆਏ ਅਤੇ ਮੈਂ ਹੁਣ ਆਇਆ ਉਸ ਹਿਸਾਬ ਨਾਲ ਛੋਟਾ ਉਦੋਂ ਟਿਕਟ ਸਸਤੀ ਹੁਣ ਉਹਦੀ ਮਹਿੰਗੀ ਹੈ ਨਹੀਂ ਪਰ ਪਰ ਮੈਂ ਟਿਕਟ ਆਪਣੇ ਕੋਲੋਂ ਲਾ ਕੇ ਤੇਰੀ ਟਿਕਟ ਕਿਸੇ ਨੇ ਲਾਈ ਹੈ ਇਹ ਮੇਰੀ ਜਿੱਤ ਹੈ ਇਹ ਮੇਰੀ ਜਿੱਤ ਹੈ ਇਸ ਗੱਲ ਦੀ ਬੜੀ ਖੁਸ਼ੀ ਹੈ ਇਹਦੀਆਂ ਇਹ ਤੁਹਾਡੀਆਂ ਦੁਆਵਾਂ ਬਣਾਉਂਦਾ ਉਹ ਡੀਏਵੀ ਜਲੰਧਰ ਨੂੰ ਟ੍ਰਿਬਿਊਟ ਹੈ ਹਾਂ ਉਸ ਸਟੇਜ ਨੂੰ ਹੈ ਨਾ ਤੇ ਜਿੱਥੇ ਸਾਡਾ ਸਫ਼ਰ ਸ਼ੁਰੂ ਹੋਇਆ ਤੇ ਉਹ ਸਫ਼ਰ ਐਡੀ ਲੰਬੀ ਕਤਾਰ ਬਣਦਾ ਇੱਥੇ ਆ ਗਿਆ ਮੈਲਬਨ ਅੱਜ ਇਹਨਾਂ ਨੇ ਇੱਥੇ ਕਲਾ ਦਿਖਾਈ ਹੈ ਮੈਂ ਮਾੜੀ ਮੋਟੀ ਸਟੇਜ 'ਤੇ ਤਾਂ ਸਰ ਡੀਏਵੀ ਜਲੰਧਰ ਦੇ ਸਾਰੇ ਉਸਤਾਦਾਂ ਨੂੰ ਸਲਾਮ ਹਾਂ ਹਾਂ ਜਦੋਂ ਕਲਾਕਾਰ ਆਉਂਦੇ ਨੇ ਮੱਥਾ ਟੇਕ ਕੇ ਚੜ੍ਹਦੇ ਨੇ ਅਸੀਂ ਕਹਿੰਦੇ ਇਸ ਮੰਚ ਨੂੰ ਸਲਾਮ ਤੁਸੀਂ ਦੂਰੋਂ ਚੱਲ ਕੇ ਇਸ ਮੰਚ ਤੇ ਆਏ ਹੋ ਆਉਂਦੇ ਸਾਲਾਂ 'ਚ ਇਸ ਮੰਚ ਨੂੰ ਮਾਣ ਹੋਏਗਾ ਕਿ ਤੁਸੀਂ ਇੱਥੇ ਆਏ ਸੋ ਅੱਜ ਉਹ ਚੀਜ਼ ਜਿਹੜੀ ਤੁਸੀਂ ਯਾਦ ਕਰ ਰਹੇ ਸੀ ਨਾ ਮੈਂ ਇਹੀ ਯਾਦ ਕਰ ਰਿਹਾ ਸੀ ਅੱਜ ਸਾਨੂੰ ਮਾਣ ਹੈ ਉਸ ਸਟੇਜ ਨੂੰ ਜਿੱਥੋਂ ਚੱਲ ਕੇ ਤੁਸੀਂ ਇੱਥੇ ਉਹਦੇ ਪਿੱਛੇ ਐਡੀ ਵੱਡੀ ਸੀ ਹਮਾਰੀ ਰਾਹ ਮੇ ਨਾ ਆਏ ਮੰਜ਼ਿਲੇ ਕੇ ਖੁਸ਼ ਨਹੀਂ ਮੁਕਾਮ ਸੇ ਜੋ ਕਭੀ ਵੀ ਖਤਮ ਨਾ ਹੋ ਮੈਂ ਉਸ ਸਫ਼ਰ ਦੀ ਤਰ੍ਹਾਂ ਉਹ ਸਫ਼ਰ ਚੱਲਦੇ ਰਹਿਣੇ ਚਾਹੀਦੇ ਮੰਜ਼ਿਲਾਂ 'ਤੇ ਪਹੁੰਚ ਕੇ ਤਾਂ ਰੁਕ ਜਾਂਦਾ ਬੰਦਾ ਸਫ਼ਰ ਚੱਲਦਾ ਰਹਿ ਰੂਹਾਂ ਦੀ ਬਾਤ ਪਾਵਣ ਜੋ ਰੂਹਾਨੀ ਗੀਤ ਗਾਵਣ ਜੋ ਰੂਹਾਂ ਦੀ ਬਾਤ ਪਾਵਣ ਜੋ ਰੂਹਾਨੀ ਗੀਤ ਗਾਵਣ ਜੋ ਉਹ ਵਿਛੜੇ ਮੁੜ ਮਿਲਾਵਣ ਜੋ ਤਸਵੀਰਾਂ ਖੁਦ ਤਦਬੀਰਾਂ ਨੇ ਮੁਸਵਰੀਰਾਂ ਜਬਣਿਆ ਕਿੰਨੇ ਵਰਿਆਂ ਦੇ ਵਿਛੜੇ ਅੱਜ ਅਸੀਂ ਰੰਗ ਮੰਚ ਦੇ ਰਾਹੀਂ ਤਸਵੀਰਾਂ ਦੇ ਰਾਹੀਂ ਉਹ ਸੁਮੇਲ ਦੇ ਰਾਹੀਂ ਇਕੱਠੇ ਹੋਏ ਹਾਂ ਸੋ ਮੈਂ ਤੁਹਾਨੂੰ ਕੀ ਦੱਸਾਂ ਕਿ ਅੱਜ ਮੈਂ ਕਿਹੜੇ ਅੰਦਰੋਂ ਮੇਰਾ ਮਨ ਕਿੱਥੇ ਪਹੁੰਚਿਆ ਔਰ ਮੈਂ ਕਿੱਥੇ ਅੱਜ ਵਾਕਈ ਉਹ ਸਿਚੁਏਸ਼ਨ ਆ ਕਿ ਮੇਰੇ ਸ਼ਬਦ ਪਾਉਣੇ ਪੈ ਰਹੇ ਔਰ ਮੈਂ ਦੱਸਦਾ ਕਿ ਮੇਰੇ ਕੋਲ ਨਾ ਇੱਕ ਸਲੈਮ ਬੁੱਕ ਹੁੰਦੀ ਸੀ ਮੈਂ ਉਹ ਆਪ ਬਣਾਈ ਸੀ ਕਿਉਂਕਿ ਉਦੋਂ 40-50 ਰੁਪਏ ਦੀ ਆਉਂਦੀ ਸੀ ਅਤੇ ਉਹਦੇ ਪੈਸੇ ਹੁੰਦੇ ਨਹੀਂ ਅਤੇ ਮੈਂ ਖੁਦ ਨੋਟਬੁੱਕ ਨਾਲ ਡਰਾਇੰਗ ਕਰਕੇ ਡਾਇਰੀ ਸੀ ਮੈਂ ਉਹਨਾਂ ਉਸ ਮੈਨੂੰ ਕੋਈ ਬੰਦਾ ਪ੍ਰਭਾਵਿਤ ਕਰਦਾ ਸੀ ਕੋਈ ਚੰਗਾ ਲੱਗਦਾ ਸੀ ਮੈਂ ਉਹਦੇ ਆਟੋਗ੍ਰਾਫ ਲੈਂਦਾ ਸੀ ਤੋ ਅੱਜ ਵੀ ਮੇਰੇ ਕੋਲ ਸਾਹਮਣੇ ਕਰਾਇਆ ਉਹਨਾਂ ਵਿੱਚ ਇੱਕ ਰਜਨੀਸ਼ ਕਾਜੀ ਇਹਨਾਂ ਨੇ ਕਲਾਕਾਰ ਸੀਗੇ ਅਤੇ ਇਹਨਾਂ ਨੇ ਲਾਸਟ ਲਿਖਿਆ ਸੀਗਾ ਮੈਨੂੰ ਹਜੇ ਵੀ ਯਾਦ ਆ ਬੜੀ ਲਿਖਾਈ ਬੜੀ ਸੋਹਣੀ ਸੀ ਨਾ ਇਹਨਾਂ ਨੇ ਮੈਨੂੰ ਪੁੱਛਿਆ ਲਿਖਾਈ ਕਿਹੜੀ ਆ ਮੈਂ ਕਿਹਾ ਮੇਰੀ ਕਹਿੰਦੇ ਤੇ ਲਿਖਾਈ ਬੜੀ ਸੋਹਣੀ ਕਿਉਂਕਿ ਮੈਂ ਇਹ ਖੁਦ ਹੈਂਡ ਰਾਈਟਿੰਗ ਆਰਟਿਸਟ ਇਹਨਾਂ ਨੇ ਲਾਸਟ ਉਹ ਲਿਖਿਆ ਸੀ ਮਤਲਬ ਵਰਡਸ ਅਬਾਊਟ ਯੂ ਉਹਦੇ 'ਚ ਲਿਖਿਆ ਸੀ ਕਿ ਮੇਰਾ ਪਿਆਰਾ ਨਿੱਕਾ ਵੀ ਜਸਵੰਤ ਕਲਾਕਾਰੀ ਗੁਣਾਂ ਨਾਲ ਭਰਪੂਰ ਹੈ ਨਾ ਬੜੀਆਂ ਅੱਛੀਆਂ ਅੱਛੀਆਂ ਵਰਡਸ ਜਿਹੜੇ ਪੰਜਾਬੀ ਦੇ ਮੈਂ ਸੁਣੇ ਵੀ ਨਹੀਂ ਉਹਨਾਂ ਇਹਨਾਂ ਨੇ ਮੈਨੂੰ ਉਹ ਮਾਣ ਦਿੱਤਾ ਆਸ਼ੀਰਵਾਦ ਦਿੱਤਾ ਉਹ ਪੜ੍ਹ ਕੇ ਕਈ ਵਾਰ ਤੁਸੀਂ ਉਹ ਦੁਨੀਆਂ 'ਚ ਚਲੇ ਜਾਂਦੇ ਹੋ ਅਤੇ ਉਹ ਤੁਹਾਨੂੰ ਮੋਟੀਵੇਸ਼ਨ ਮਿਲਦੀ ਹੈ ਤੁਸੀਂ ਕਰ ਜਾਂਦੇ ਹੋ ਕਹਿੰਦਾ ਨਾ ਹਮਨੇ ਤੇਰੇ ਨਾਮ ਕੀ ਤਿਤਲੀ ਦਬੋਚ ਲਈ ਸਭ ਕਾਇਨਾਤ ਕੇ ਮੁੱਠੀ ਮੈਂ ਆ ਬਣੇ ਚਾਹੇ ਦੁਸ਼ਮਨ ਜ਼ਮਾਨਾ ਹਮਾਰਾ ਸਲਾਮਤ ਰਹੇ ਦੋਸਤਾਨਾ ਹਮਾਰਾ ਸਲਾਮਤ ਰਹੇ ਦੋਸਤਾਨਾ ਹਮਾਰਾ ਬਣੇ ਚਾਹੇ ਦੁਸ਼ਮਨ ਜ਼ਮਾਨਾ
खाना हमारा सलामत रहे दोस्ताना वो यादों के दिन वो किताबों के दिन सवालों की रात जवाबों के दिन जवाबों के दिन था बचपन बड़ा आशिकाना हमारा सलामत रहे दोस्ताना हमारा शब्द गले ये हाथ ये रंग दे चलते रहन रहती दुनिया तक कला जी कद ना मरे क्योंकि कला है तो दुनिया है लव यू कोई ज्यादा बसता रहे कोई नहीं कुछ कुछ एक स्टेज होंगी है बंदे की कि जो पहला तो आप रंग मंच करता है फिर रंग मंच के नाम नाल जाने जाता मेलबर्न च जिन्ने भी लोग इतने से रंग मंच में जो याद करेंगे उसे भी याद करेंगे लव यू सो मच ਤੇ ਹੁਣ ਇਹ ਤੇਰਾ ਪਹਿਲਾ ਤੇਰਾ ਨਹੀਂ ਬਸ ਕਹਿੰਦਾ ਵੀ ਤੂੰ ਇੱਥੇ ਹੀ ਆ ਜਾਣਦਾ ਨਹੀਂ ਤੈਨੂੰ ਪੂਰਾ ਨਹੀਂ ਵਾਪਸ ਤੋਰਦੇ ਹਮੇਸ਼ਾ ਸਾਡੇ ਦਿਲਾਂ 'ਚ ਥੈਂਕ ਯੂ ਸੋ ਮਚ ਥੈਂਕਸ ਫੋਰ ਕਾਈਂਡ ਵਰਡ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ हाँ जी नमस्ते जी सत श्री अकाल आप देख सकते हैं वैसे इंडिया में ना चार सीजन आते हैं ना बसंत गर्मी सर्दी पतझड़ तो मेलबर्न की खूबसूरती ये है कि हर रोज दिन में चार बार वो मौसम आते हैं सुबह ठंड गुलाबी गुलाबी दोपहर शाम को फिर हल्की हल्की गुलाबी रात को फिर ठंड तो क्या नज़ारा है तो खुश हैं आज क्योंकि अभी शो जस्ट ख़त्म हुआ और बड़ा प्यार मिला और जो करने आए थे वो उम्मीद है कि लोगों को पसंद आया होगा ठीक ठाक ये बाकी मनप्रीत भाजी हैं हमारे साथ तो चार दिन से हमारे कह सकते हैं कि होस्ट हैं और क्या बात है इनकी पर्सनैलिटी और मज़ा आया तो बाकी ये बताएंगे भाजी फिर कैसा लगा आज ओवरऑल बहुत बढ़िया जी एक्सेलेंट शो अच्छा लगा परफेक्ट बहुत बढ़िया क्या बात है वेरी गुड क्योंकि यहाँ पर मैं देख रहा हूँ कि जितने भी हमारे पंजाबी हैं तो वाकई क्यों कहते हैं कि विदेशों में जब कलाकार आता है तो उसको उसके काम में इजाफा होता है उसकी शोहरत में इजाफा होता है उसका कारण ये है कि यहाँ पर जितने सुलझे हुए लोग हैं दुनिया के यहाँ आ गए हैं तो वहाँ पर वही पंजाबी में कहते हैं कि क्रीम क्रीम इधर आ गई सपरेटा उधर रह गया तो हम भी थोड़ा सपरेटा हैं यहाँ क्रीम बन गए इनकी संगत में आ गए तो बहुत अच्छा लगा थैंक यू सो मच और बाकी अपडेट करते हैं अभी जा रहे हैं हम डिनर करने टेक केयर